अस्सलाम वालेकुम भाईजान, क्या हाल चाल है? हां, क्या हाल चाल है? मैं न्यूज़ रिपोर्टर हूं, आप बताइए क्या हाल चाल है? ओके हो हमदा, हम यानी के लोगों को खबरें पहुंचाते हैं, हम बताते हैं। अब भाई सानू ना उर्दू च गल करके सुना, पंजाबी से गल करनी कर नहीं तो जाए। अच्छा, ਅਸੀਂ ਐਨ ਨਿਊਜ਼ ਰਿਪੋਰਟਰ ਹੈ ਗਿਆ ਜੀ ਰਹਾਂਗਾ ਪਹਿਲੇ ਦੱਸੀ ਫਿਰ। ਅੱਛਾ ਯਾਰ, ਮੈਂ ਗੋਦ ਪਹਿਲਾਂ 10 ਰੁਪਏ ਲੈ ਲੈ ਗੋਦ ਮੈਂ ਨਿਊਜ਼ ਰਿਪੋਰਟਰ ਹੈ ਗਏ ਆ, ਠੀਕ ਹੈ, ਲੋਕਾਂ ਨੂੰ ਖਬਰਾਂ ਪਹੁੰਚਾਉਂਦੇ ਆ, ਠੀਕ ਹੈ, ਤੇ ਅਸੀਂ ਤੁਹਾਡਾ 12 ਲੈ ਆਓ, ਅਸੀਂ ਤੁਹਾਡਾ ਇੰਟਰਵਿਊ ਲੈਣਾ ਹੈ। ਅੱਛਾ, ਹੋ ਗਈ 10 ਰੁਪਏ ਤੁਸੀਂ ਲੈ ਲੈ, ਤੁਹਾਡੇ ਬਾਰੇ ਪੁੱਛਣ ਆਇਆ ਸੀ। ਵਾਪਸ ਤਾਂ ਨਹੀਂ ਮੰਗਿਆ? ਨਹੀਂ, ਮੈਂ ਨਹੀਂ ਵਾਪਸ ਮੰਗਦਾ। ਅੱਛਾ, ਮੈਨੂੰ ਆਪਣਾ ਨਾਮ ਤਾਂ ਦੱਸੋ। ਮੇਰਾ ਨਾਮ ਰਸ਼ੀਦ ਡੋਗਰ। ਤੇ ਕਦੋਂ ਦਾ ਤੁਸੀਂ ਚਰਸ ਪੀਂਦੇ ਹੋ? ਤੁਸੀਂ ਚਰਸ? ਮੈਂ ਨਿੱਕੇ ਹੁੰਦਿਆਂ ਦਾ ਪੀਂਦਾ ਸੀ, ਪਰ ਪਾਊਡਰ ਹੁਣ ਪੀਣਾ ਸ਼ੁਰੂ ਕੀਤਾ। ਤੇ ਤੁਹਾਨੂੰ ਸਪਲਾਈ ਕੌਣ ਕਰਦਾ? ਇਹ ਨਾ ਪਿੱਛੇ ਮੇਰੇ ਮੀ ਸਾਹਿਬ ਹੁੰਦੇ ਨੇ ਤੇ ਹਾਜੀ ਅਬਦੁਲ ਗਫੂਰ ਸਾਹਿਬ ਹੁੰਦੇ ਨੇ, ਉਹਨਾਂ ਤੋਂ ਮਿਲ ਜਾਂਦੇ ਨੇ ਸਾਰੇ। ਤੁਹਾਨੂੰ ਕਿਹੜੀ ਕਿਹੜੀ ਪਰੇਸ਼ਾਨੀ? ਤੁਸੀਂ ਕਿਉਂ ਪੀਂਦੇ ਹੋ ਚਰਸ? ਯਾਰ ਨਿੱਕੇ ਹੁੰਦਿਆਂ ਮੈਂ ਪੀਂਦਾ ਸੀ ਜਸ ਹੁੰਦੇ ਨੇ। ਕਿਉਂ, ਕਾਹਦੀ ਪਰੇਸ਼ਾਨੀ? ਕਾਹਦੀ ਪਰੇਸ਼ਾਨੀ ਤੁਹਾਨੂੰ? ਯਾਰ ਯਾਰ ਸੱਜਣਾਂ ਨੇ ਲਾਸ਼ ਦੇ ਇਸ ਪਾਸੇ, ਤੁਹਾਡੀ ਪਕੜ ਹੋ ਸਕਦੀ ਹੈ।